ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ ਕੈਨੇਡਾ ਇਮੀਗ੍ਰੇਸ਼ਨ ਨੇ ਅੱਜ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਕੈਨੇਡਾ ਸਟੱਡੀ ਵੀਜ਼ਾ ਤੇ ਸਿਰਫ ਇੰਡੀਅਨ ਤੇ ਚਾਈਨਾ ਤੋਂ ਹੀ ਸਟੂਡੈਂਟ ਨੂੰ ਹੀ ਪਹਿਲ ਨਹੀਂ ਦਿੱਤੀ ਜਾਏਗੀ ਬਲਕਿ ਬਾਕੀ ਬੱਚਿਆਂ ਨੂੰ ਵੀ ਬਾਕੀ ਮੁਲਕ ਦੇ ਬੱਚਿਆਂ ਨੂੰ ਵੀ ਪਹਿਲ ਦਿੱਤੀ ਜਾਵੇਗੀ ਕੌਮਾਂਤਰੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਇਹ ਕਦਮ ਚੁੱਕੇ ਗਏ ਹਨ ਉਹਨਾਂ ਕਿਹਾ ਕਿ ਜਿੰਨੇ ਵੀ ਸਟੂਡੈਂਟ ਕੈਨੇਡਾ ਪੜ੍ਹਨ ਆਉਂਦੇ ਹਨ ਉਸ ਵਿੱਚ ਅੱਧੇ ਤੋਂ ਵੱਧ ਸਟੂਡੈਂਟ ਭਾਰਤ ਅਤੇ ਚਾਈਨਾ ਤੋਂ ਹੀ ਹਨ ਜੋ ਕਿ ਓਨਟੋਰੀਓ ਕੈਲਗਰੀ ਵੈਨਕੂਵਰ ਵਰਗੇ ਸ਼ਹਿਰਾਂ ਨੂੰ ਹੀ ਪਸੰਦ ਕਰਦੇ ਹਨ ਅਤੇ ਹੁਣ ਕੈਨੇਡਾ ਸਰਕਾਰ ਅਜਿਹੇ ਥਾਵਾਂ 'ਤੇ ਦਾਖਲੇ ਮੁਹੱਈਆ ਕਰਵਾਏਗੀ ਜਿੱਥੇ ਗਿਣਤੀ ਪਹਿਲਾਂ ਤੋਂ ਘੱਟ ਹੈ ਅਤੇ ਉਹਨਾਂ ਸੂਬਿਆਂ ਨੂੰ ਹੀ ਪਹਿਲ ਦੇਵੇਗੀ ਜੇ ਹੋ ਸਕਦਾ ਹੈ ਤਾਂ ਉੱਥੇ ਰੋਜ਼ਗਾਰ ਦੇ ਕਿਤੇ ਘੱਟ ਹੋਣ ਪਰ ਫਿਰ ਵੀ ਇਹੀ ਨਿਸ਼ਚਿਤ ਕੀਤਾ ਗਿਆ ਹੈ ਕੈਨੇਡਾ ਇਮੀਗ੍ਰੇਸ਼ਨ ਭਾਰਤੀ ਅਤੇ ਚਾਈਨਾ ਮੂਲ ਦੇ ਵਿਦਿਆਰਥੀਆਂ ਦੀ ਸੰਖਿਆ ਨੂੰ ਹੁਣ ਘੱਟ ਕਰ ਸਕਦੀ ਹੈ ਨਾਲ ਹੀ ਉਹਨਾਂ ਕੈਨੇਡਾ ਇਮੀਗ੍ਰੇਸ਼ਨ ਨੇ ਇਹ ਕਿਹਾ ਕਿ ਅੰਸੀ 5 ਸਾਲ ਦੀ ਰਣਨੀਤੀ ਬਣਾ ਲਈ ਹੈ ਜਿਸ ਦੇ ਵਿੱਚ ਕਿੰਨੇ ਬੱਚੇ ਸਟੱਡੀ ਵੀਜ਼ਾ 'ਤੇ ਆਉਣਗੇ ਅਤੇ ਕਿਸ ਕਿਸ ਦੇਸ਼ ਤੋਂ ਕਿੰਨੇ ਆਉਣਗੇ ਅਤੇ ਉਹਨਾਂ ਨੂੰ ਕਿਹੜੇ ਕਿਹੜੇ ਖੇਤਰ ਦੇ ਵਿੱਚ ਐਡਮਿਸ਼ਨ ਮਿਲੇਗਾ ਹੁਣ ਐਡਮਿਸ਼ਨ ਉਹਨਾਂ ਖੇਤਰਾਂ ਵਿੱਚ ਹੀ ਮਿਲੇਗਾ ਜਿੱਥੇ